ਪੰਜਾਬ ਸਮੇਤ 8 ਸੂਬਿਆਂ ਦੇ ਵਿੱਚ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਇਸ ਸਮੇਂ ਅਸੀਂ ਜਲੰਧਰ ਦੇ ਵਿੱਚ ਖੜੇ ਹਾਂ ਜਿੱਥੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਜੀ ਸਾਡੇ ਨਾਲ ਮੌਜੂਦ ਨੇ ਜੋ ਸਵੇਰ ਤੋਂ ਹੀ ਇਸ ਹਲਕੇ ਦਾ ਦੌਰਾ ਕਰ ਰਹੇ ਨੇ। ਸਰ ਕੀ ਕਹੋਗੇ ਸਵੇਰ ਤੋਂ ਹੀ ਤੁਸੀਂ ਹਲਕੇ ਦਾ ਦੌਰਾ ਕਰ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਮੈਂ ਦੇਖ ਰਿਹਾ ਮਾਹੌਲ ਬਹੁਤ ਅੱਛਾ ਹੈ ਜੀ, ਲੋਕਾਂ 'ਚ ਬੜਾ ਉਤਸ਼ਾਹ ਹੈ ਔਰ ਲੋਕ ਚਾਹੁੰਦੇ ਹੈ ਕਿ ਦੇਸ਼ ਦੀ ਸਰਕਾਰ ਬਦਲੀ ਜਾਏ। ਪ੍ਰਸ਼ਾਸਨ ਮਹਿਸੂਸ ਕੀਤਾ ਜਿੱਥੇ ਵੀ ਮੈਂ ਗਿਆ, ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਜੋ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਨੇ ਚੋਣਾਂ ਨੂੰ ਲੈ ਕੇ? ਪ੍ਰਸ਼ਾਸਨ ਦੇ ਬਿਲਕੁਲ ਠੀਕ ਹੈ ਪ੍ਰਬੰਧ। ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਨੇ ਤੇ ਅਕਾਲੀ ਦਲ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਨਹੀਂ, ਕੋਈ ਕਾਂਗਰਸ ਵੱਲੋਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ। ਅਕਾਲੀ ਆਊਟ ਆਫ ਫਰਸਟ੍ਰੇਸ਼ਨ ਇਸ ਤਰ੍ਹਾਂ ਦੀ ਗੱਲਾਂ ਕਰਦੇ, ਕਿਉਂਕਿ ਜਿੱਥੇ ਤੱਕ ਮੈਂ ਦੌਰਾ ਕੀਤਾ ਉੱਥੇ ਅਕਾਲੀ ਦਲ ਦੀ ਬੜੀ ਚਿੰਤਾਜਨਕ ਹਾਲਤ ਹੈ, ਇਸ ਕਰਕੇ ਉਹ ਇਸ ਤਰ੍ਹਾਂ ਦੇ ਲਾ ਰਹੇ। ਅਦਰਵਾਈਜ਼ ਕੋਈ ਪੁਖਤਾ ਅਰੇਂਜਮੈਂਟ ਹੈ ਪ੍ਰਸ਼ਾਸਨ ਦੇ ਔਰ ਸਾਡੀ ਪਾਰਟੀ ਦੇ ਜਿੰਨੇ ਵੀ ਕਾਰਿਆਕਰਤਾ ਜਾਂ ਵੋਟਰ ਆ ਉਹ ਬੜੀ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪਾ ਰਹੇ। ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਫਰੈਂਡਲੀ ਮੈਚ ਖੇਡਿਆ ਜਾ ਰਿਹਾ, ਇਹਨੂੰ ਕਿਵੇਂ ਦੇਖਦੇ? ਉਸਦੇ ਆਪਣੇ ਵਿਚਾਰ ਹੋਣਗੇ, ਪਰਸਨਲ ਵਿਚਾਰ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਅੱਜ ਕਿਹਾ ਗਿਆ ਕਿ ਸਿੱਧੂ ਨੂੰ CM ਦੀ ਕੁਰਸੀ ਚਾਹੀਦੀ ਹੈ, ਇਸ ਕਰਕੇ ਉਹ ਬਿਆਨ ਦੇ ਰਹੇ ਨੇ ਅਜਿਹੇ। ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਵੀ ਕਾਂਗਰਸ ਦੇ ਪਿੱਠ 'ਚ ਛੁਰਾ ਮਾਰਿਆ ਨਵਜੋਤ ਸਿੰਘ ਸਿੱਧੂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ। ਅੱਜ ਤਾਂ ਸਿਰਫ ਜੋ ਪੋਲਿੰਗ ਹੋ ਰਹੀ ਹੈ ਉਸ 'ਤੇ ਅਸੀਂ ਫੋਕਸ ਕਰ ਰਹੇ ਹਾਂ ਔਰ ਉਹਦੇ ਵਿੱਚ ਮੈਂ ਮਹਿਸੂਸ ਕਰ ਰਿਹਾ ਕਿ ਉਹਦੇ ਵਿੱਚ ਅਸੀਂ ਅੱਗੇ ਹਾਂ। ਪੰਜਾਬ ਦੀਆਂ ਸਾਰੀਆਂ 13 ਸੀਟਾਂ ਵਿੱਚ ਕਾਂਗਰਸ ਅੱਗੇ ਵੱਧ ਰਹੀ ਹੈ। ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਲੱਗਦਾ, ਅਕਾਲੀ ਦਲ ਨਾਲ ਜਾਂ ਆਮ ਆਦਮੀ ਪਾਰਟੀ? ਮੁਕਾਬਲਾ ਲੱਗਦਾ ਨਹੀਂ, ਪਰ ਮੁੱਖ ਵਿਰੋਧੀ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ। ਪਿਛਲੀ ਵਾਰ ਵੀ ਤੁਸੀਂ ਸਿਟੀ ਕੈਂਪੀ ਇੱਥੋਂ ਰਹੇ ਹੋ, ਕੀ ਇਸ ਵਾਰ ਫਿਰ ਰਿਪੀਟ ਹੋਏਗਾ? ਬਿਲਕੁਲ ਹੋਊਗਾ। ਮੈਂ ਪਿਛਲੀ ਦਫ਼ਾ ਇੱਕ ਭਾਰਤੀ ਜਨਤਾ ਪਾਰਟੀ ਦੀ ਵੱਡੀ ਲਹਿਰ ਚੱਲ ਰਹੀ ਸੀ ਦੇਸ਼ ਵਿੱਚ, ਉਸ ਦੇ ਬਾਵਜੂਦ ਮੈਂ 71,000 ਵੋਟ 'ਤੇ ਮੈਂ ਚੋਣ ਜਿੱਤੀ ਸੀ ਔਰ ਹੁਣ ਸਮੀਕਰਨ ਡਿਫਰੈਂਟ ਹੈ ਅਲੈਦਾ, ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਲਹਿਰ ਚੱਲ ਰਹੀ, ਕਿਉਂਕਿ ਜਿੰਨੇ ਵੀ ਉਹਨਾਂ ਨੇ ਲੋਕ ਵਿਰੋਧੀ ਫੈਸਲੇ ਲਏ ਆ ਉਸ ਤੋਂ ਲੋਕ ਜਿਹੜੇ ਆ ਪਰੇਸ਼ਾਨ ਹੈ, ਦੁਖੀ ਹੈ। ਇਸ ਕਰਕੇ ਦੇਸ਼ ਦੇ ਸਾਰੇ ਲੋਕ ਦੇਸ਼ ਦੀ ਸਰਕਾਰ ਜਿਹੜੀ ਨਵੀਂ ਚਾਹੁੰਦੇ ਆ, ਇੱਕ ਲੋਕ ਪੱਖੀ ਸਰਕਾਰ, ਇੱਕ ਸੈਕੂਲਰ ਸਰਕਾਰ ਉਹ ਚਾਹੁੰਦੇ ਆ। ਜੇ ਇੱਕ ਵਾਰ ਫਿਰ ਜਲੰਧਰ ਦੇ ਲੋਕ ਸੰਤੋਖ ਸਿੰਘ ਚੌਧਰੀ 'ਤੇ ਭਰੋਸਾ ਜਤਾਉਂਦੇ ਨੇ ਤਾਂ ਕਿਹੜਾ ਕੰਮ ਹੋਏਗਾ ਜਿਹੜਾ ਜਲੰਧਰ ਦੇ ਵਿੱਚ ਪਹਿਲਾਂ ਕੀਤਾ ਜਾਏਗਾ? ਦੇਖੋ, ਪਹਿਲਾਂ ਤਾਂ ਮੈਂ ਅਪੋਜੀਸ਼ਨ ਬੈਂਚਸ 'ਤੇ ਸੀ ਪਰ ਉਸ ਦੇ ਬਾਵਜੂਦ ਮੈਂ ਕੋਸ਼ਿਸ਼ ਕੀਤੀ ਕਿ ਮੇਰੇ ਖੇਤਰ ਦਾ, ਮੇਰੀ ਸਟੇਟ ਦਾ, ਮੇਰੇ ਦੇਸ਼ ਦਾ ਹਰ ਇਸ਼ੂ ਮੈਂ ਉੱਥੇ ਰੇਜ਼ ਕੀਤਾ, ਜਿਸ ਦੇ ਨਾਲ ਬਹੁਤ ਸਾਰੀਆਂ ਸੀ ਅੱਛਾ ਰਿਜ਼ਲਟ ਵੀ ਨਿਕਲਿਆ। ਬਹੁਤ ਸਾਰੇ ਪ੍ਰੋਜੈਕਟ ਵੱਡੇ ਇਨੀਸ਼ੀਏਟ ਕੀਤੇ, ਲਾਈਕ ਆਦਮਪੁਰ ਏਅਰਪੋਰਟ, ਜਿਸ ਵਿੱਚ ਮੈਨੂੰ ਕਾਮਯਾਬੀ ਮਿਲੀ ਔਰ ਹੁਣ ਅਗਰ ਮੈਨੂੰ ਮੌਕਾ ਦੇਣਗੇ ਲੋਕ, ਜਿਹੜਾ ਕਿ ਮੈਂ ਮਹਿਸੂਸ ਕਰ ਰਿਹਾ ਵੀ ਹਰ ਹਾਲਤ ਵਿੱਚ ਦੇਣਗੇ, ਤਾਂ ਮੈਂ ਕੋਈ ਆਪਣੇ ਖੇਤਰ ਵਾਸਤੇ ਬਹੁਤ ਵੱਡਾ ਹੈਵੀ ਪ੍ਰੋਜੈਕਟ ਲਿਆਵਾਂਗਾ ਜਿਸ ਨਾਲ ਮੇਰੇ ਖੇਤਰ ਦੀ ਇਕਨੋਮਿਕ ਗਰੋਥ ਵੀ ਹੋਵੇ ਔਰ ਇੰਪਲੋਇਮੈਂਟ ਜਨਰੇਟ ਵੀ ਹੋਵੇ। ਥੈਂਕ ਯੂ ਸਰ। ਇਹ ਸੀ ਕਾਂਗਰਸ ਦੇ ਉਮੀਦਵਾਰ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਜੀ। ਇਹਨਾਂ ਦਾ ਕਹਿਣਾ ਕਿ ਲੋਕਾਂ ਵੱਲੋਂ ਇੱਕ ਵਾਰ ਫਿਰ ਉਹਨਾਂ 'ਤੇ ਭਰੋਸਾ ਜਤਾਇਆ ਜਾਏਗਾ ਅਤੇ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਵਿਕਾਸ ਦਾ ਕੰਮ ਕੀਤਾ ਜਾਵੇਗਾ। ਕੈਮਰਾਮੈਨ ਜਤਿਨ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਦੈਨਿਕ ਸਵੇਰਾ ਜਲੰਧਰ।